ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਆਪਾਂ ਇੱਕ ਵਾਰ ਫਿਰ ਤੋਂ ਹਾਜ਼ਰ ਆ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਅੱਜ 11 ਮਈ ਦੁਪਹਿਰ ਦਾ ਟਾਈਮ ਹੈ ਤੇ ਅੱਜ ਦੁਪਹਿਰ ਤੋਂ ਤਕਰੀਬਨ ਰਾਤ ਤੱਕ ਜੋ ਵੀ ਮੌਸਮ ਵਿੱਚ ਹਲਚਲ ਹੋਣ ਵਾਲੀ ਹੈ ਸਬੰਧੀ ਆਪਾਂ ਜਾਣਕਾਰੀ ਦਵਾਂਗੇ ਇਹ ਜੋ ਜਾਣਕਾਰੀ ਹੋਵੇਗੀ ਉਹ ਅੱਜ ਦੇ ਤਾਜ਼ਾ ਅਨੁਮਾਨ ਤੇ ਅਧਾਰਤ ਹੋਵੇਗੀ ਇਸ ਵਿੱਚ ਜੋ ਵੀ ਸ਼ਾਮ ਤੱਕ ਜੇ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਆਪਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਹਾਨੂੰ ਨਵੀਂ ਅਪਡੇਟ ਵੀ ਦੇ ਦਵਾਂਗੇ ਸੋ ਹੁਣ ਸ਼ੁਰੂ ਕਰਦੇ ਹਾਂ ਮੌਸਮ ਦੀ ਜਾਣਕਾਰੀ ਹੁਣ ਇਸ ਸਮੇਂ ਤਕਰੀਬਨ ਪੰਜਾਬ ਦੇ ਜਿਹੜੇ ਸਰਹੱਦੀ ਇਲਾਕੇ ਹਨ ਜਿਨ੍ਹਾਂ ਵਿੱਚ ਅਬੋਹਰ ਦਾ ਏਰੀਆ ਇਸ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਤੇ ਇਸ ਤੋਂ ਬਾਅਦ ਅਮਰਸਰ ਤਰਨਤਨ ਸਾਹਿਬ ਤੇ ਇਸ ਦੇ ਨਾਲ ਲੱਗਦੇ ਹੋਰ ਇਲਾਕੇ ਜਿਵੇਂ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਇਹਨਾਂ ਇਲਾਕਿਆਂ ਉੱਤੇ ਹਲਕੀ ਤੋਂ ਦਰਮਿਆਨੀ ਬੱਦਲਬਾਈ ਬਣੀ ਹੋਈ ਹੈ ਅਤੇ ਜਿਹੜਾ ਜਲੰਧਰ ਦਾ ਆਪਣਾ ਉੱਤਰੀ ਭਾਗ ਹੈ ਉਸ ਵਿੱਚ ਵੀ ਹਲਕੇ ਤੋਂ ਦਰਮਿਆਨੇ ਬੱਦਲ ਬਣੇ ਹੋਏ ਹਨ ਤੇ ਨਕੌਦਰ ਦਾ ਜੋ ਭਾਗ ਹੈ ਉਹ ਤਕਰੀਬਨ ਹਜੇ ਬੱਦਲਬਾਈ ਤੋਂ ਬਾਹਰ ਹੈ ਤੇ ਉੱਥੇ ਹਲਕੀ ਟੁੱਟਵੀਂ ਬੱਦਲਬਾਈ ਬਣੀ ਹੋਈ ਹੈ ਤੋ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਤਕਰੀਬਨ ਦੱਸਣਾ ਵੀਡੀਓ ਵਿੱਚ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਤੋ ਆਪਾਂ ਮੇਨ ਮੇਨ ਜ਼ਿਲ੍ਹਿਆਂ ਦਾ ਤੇ ਮੇਨ ਸ਼ਹਿਰਾਂ ਦਾ ਦੱਸ ਦਿੰਨੇ ਆ ਤੇ ਇਸ ਤੋਂ ਬਾਅਦ ਜਲੰਧਰ ਦੇ ਨਾਲ ਹੁਸ਼ਿਆਰਪੁਰ ਦਾ ਏਰੀਆ ਵੀ ਬੱਦਲਬਾਈ ਹੇਠ ਆਇਆ ਹੋਇਆ ਹੈ ਤੇ ਇਸ ਤੋਂ ਮਗਰੋਂ ਜੇ ਨਵਾਂ ਸ਼ਹਿਰ ਦੀ ਗੱਲ ਕਰੀ ਤਾਂ ਉਸ ਉੱਤੇ ਵੀ ਹਲਕੇ ਤੋਂ ਦਰਮਿਆਨੇ ਬੱਦਲ ਆਏ ਹੋਏ ਹਨ ਤੇ ਇਸ ਤੋਂ ਬਾਅਦ ਲੁਧਿਆਣੇ ਦਾ ਜਿਹੜਾ ਪੱਛਮੀ ਭਾਗ ਹੈ ਉਹ ਵੀ ਬੱਦਲਬਾਈ ਦੀ ਚਪੇਟ ਵਿੱਚ ਆਇਆ ਹੋਇਆ ਹੈ ਤਕਰੀਬਨ ਮੁੱਖ ਰੂਪ ਵਿੱਚ ਇਹੀ ਜਿਹੜੇ ਮੁੱਖ ਜ਼ਿਲ੍ਹੇ ਅਤੇ ਸ਼ਹਿਰਾਂ ਨੇ ਉੱਤੇ ਸਮੇਂ ਬਦਲਬਾਈ ਬਣੀ ਹੋਈ ਹੈ ਸੰਗਰੂਰ ਦਾ ਵੀ ਥੋੜਾ ਜਿਹਾ ਭਾਗ ਬਦਲਬਾਈ ਵਿੱਚ ਹੈ ਇਸ ਤੋਂ ਬਿਨਾ ਖੰਨਾ ਤੇ ਮਾਛੀਬੜਾ ਸਾਹਿਬ ਦੇ ਇਲਾਕਿਆਂ ਉੱਤੇ ਵੀ ਹਲਕੀ ਟੁੱਟਮੀ ਕੁਝ ਹਿੱਸਿਆਂ ਵਿੱਚ ਬਦਲਬਾਈ ਹੈ ਅਤੇ ਜੋ ਪਟਿਆਲਾ ਇਸ ਤੋਂ ਬਾਅਦ ਸਮਾਣਾ ਪਾਤੜਾ ਏਰੀਆ ਹੈ ਜਿਹੜਾ ਇਸ ਤੋਂ ਬਾਅਦ ਸਾਬਜ ਦਾ ਅਜੀਤ ਸਿੰਘ ਨਗਰ ਅਤੇ ਇਸ ਦੇ ਨਾਲ ਚੰਡੀਗੜ੍ਹ ਰੂਪਨਗਰ ਮੋਹਾਲੀ ਏਰੀਆ ਤਕਰੀਬਨ ਹਲੇ ਬਦਲਬਾਈ ਤੋਂ ਸਾਫ਼ ਹੈ ਤੇਜਾ ਸ਼ਾਮ ਤੱਕ ਦੀ ਉਮੀਦ ਹੈ ਕਿ ਇਨ੍ਹਾਂ ਇਲਾਕਿਆਂ ਉੱਤੇ ਵੀ ਬੱਦਲਬਾਈ ਆ ਜਾਵੇਗੀ ਤੇ ਇਹ ਉਮੀਦ ਹੈ ਕਿ ਸ਼ਾਮ ਤੱਕ ਤਕਰੀਬਨ ਸਾਰੇ ਪੰਜਾਬ ਉੱਤੇ ਹੀ ਬੱਦਲਬਾਈ ਦੇ ਅਸਾਰ ਹੋਣਗੇ ਅਤੇ ਜਿਹੜੇ ਪੰਜਾਬ ਦੇ ਪੱਛਮੀ ਜ਼ਿਲ੍ਹੇ ਹੋਣਗੇ ਸਰਹੱਦੀ ਇਲਾਕਿਆਂ ਨਾਲ ਲੱਗਦੇ ਉਹਨਾਂ ਉੱਤੇ ਸੰਘਣੇ ਬੱਦਲ ਆ ਕੇ ਤੇਜ਼ ਹਨੇਰੀ ਆਉਣ ਦੇ ਚਾਂਸ ਹਨ ਅਤੇ ਜੋ ਤੇਜ਼ ਹਵਾਵਾਂ ਹੋਣਗੀਆਂ ਉਹ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਚਲਦੀਆਂ ਰਹਿਣਗੀਆਂ ਤੇ ਨਾਲ ਹਲਕੇ ਤੋਂ ਦਰਮਿਆਨੀ ਛਿੱਟੇਦਾਰ ਬਰਖਾ ਵੀ ਹੋ ਸਕਦੀ ਹੈ ਇਹ ਜੋ ਬੱਦਲੀ ਕਾਰਵਾਈਆਂ ਹੋ ਰਹੀਆਂ ਨੇ तकरीबन ਪ੍ਰੀ ਮੌਨਸੂਨ ਦੀ ਜਿਹੜੀ ਇਹ ਪ੍ਰੀ ਮੌਨਸੂਨ ਨੈਗੇਟਿਵਿਟੀ ਹੁੰਦੀ ਹੈ ਉਸ ਦੇ ਅੰਡਰ ਹੋ ਰਹੀਆਂ ਹਨ ਤੇ ਜਿਸ ਦੇ ਸਿੱਟੇ ਵਜੋਂ ਵੀ तकरीबन ਇਹ ਕਾਰਵਾਈ ਹੁੰਦੀ ਹੈ ਜੋ ਦੁਪਹਿਰ ਤੋਂ ਬਾਅਦ ਹੀ ਹੁੰਦੀ ਹੈ ਸ਼ਾਮ ਦੇ ਵੇਲੇ ਇਹ ਜੋ ਕਾਰਵਾਈ ਹੈ तकरीबन ਆਉਣ ਵਾਲੇ 2-4 ਦਿਨਾਂ ਤੱਕ ਜਾਰੀ ਰਹੇਗੀ ਪਰ ਕੱਲ 12 ਫਰਵਰੀ ਨੂੰ ਇਸ ਵਿੱਚ ਕੁਝ ਰਾਹਤ ਪੈ ਸਕਦੀ ਹੈ ਤੇ ਮੌਸਮ ਥੋੜਾ ਜਿਹਾ ਸੁਧਾਰ ਹੋ ਸਕਦਾ ਹੈ ਸੋ ਇਹ ਸੀ ਮੌਸਮ ਸੰਬੰਧੀ ਜਾਣਕਾਰੀ ਜਿਹੜੀ ਕਿ ਆਪਾਂ ਜ਼ਿਲ੍ਹੇਵਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤਕਰੀਬਨ ਇਹ ਸ਼ਹਿਰਾਂ ਵਿੱਚ ਆਪਣੇ ਵੱਲੋਂ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਇਹ ਮੌਸਮ ਹੈ ਤਕਰੀਬਨ ਇਹ ਘੰਟਿਆਂ ਬਾਅਦ ਹੀ ਬਦਲਦਾ ਰਹਿੰਦਾ ਹੈ ਤੇ ਸ਼ਾਮ ਤੱਕ ਇਸ ਦਾ ਕੁਨਮਾਨ ਥੋੜਾ ਜਿਹਾ ਬਦਲ ਵੀ ਸਕਦਾ ਹੈ ਪਰ ਜੋ ਹੁਣ ਦੇ ਮੌਜੂਦਾ ਅਨੁਮਾਨ ਹਨ ਉਸ ਦੇ ਅਨਸਾਰ ਅਸੀਂ ਜਾਣਕਾਰੀ ਦੇ ਦਿੱਤੀ ਹੈ ਤੇ ਇਸ ਵਿੱਚ ਜੋ ਨਵੀਂ ਅਪਡੇਟ ਆਵੇਗੀ ਜੇ ਕੋਈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਬਾਕੀ ਅੱਗੇ ਹੋਰ ਜਾਣਕਾਰੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ